محمد واجل فرج آل محمد سارے مل کے آل محمد دی ذات تے سونی صلوات پڑھو اجازت ہے جی ذکر پاک شروع کریے اپنی عشق کی نماز چار سطر تو شروع کرنا چاہنا ادبیاں لکھ دن ادب ادیب علی دا لکھ دن ادب ادیب علی دا ہے معیار عجیب علی دا لکھ دن ادب ادیب علی دا ہے معیار عجیب علی دا زہرا صاف کریں دی جتیاں ویکھ زوار نصیب علی دا یا علی علیہ الصلوۃ والسلام مالک رنگ لاوے چلو چار سطر اور تہاڈے حوالے کردا آدبیاں علی دے دشمن دا سب تو وڈا قصور ہوسی علی دے دشمن دا سب تو وڈا قصور ہوسی اینا میں پیادا نہ میرے سوزی پیادا نہ تو سب پیادے ہو اے اللہ بادشاہ پیادا ہے اللہ بادشاہ پیادا ہے علی دے دشمن دا سب تو وڈا قصور ہو سی قصور کیڑا علی دے دشمن دا سب تو وڈا قصور ہو سی عبادت اوندی قبول کوئی نہیں میرے علی تو جدور ہو سی عبادت ہوندی قبول کوئی نہیں میرے علی تو جدور ہو سی علی دا منکر قبر دے اندر دو شیاں چوں ہک ضرور ہو سی تو قبر پٹ کے ضرور ویکھے یا کتا ہو سی یا سور ہو سی کیا بات سی مالک رنگ لاوے وقت تھوڑے ایک بندہ مولا قبول فرمائے مالک زندگی دراز فرمائے ایک بندہ رسول خدا دے کول آیا دیکھ کے آدھے مولا مولا میں اے دساؤ جو علی بادشاہ کیا ہے مولا میں دساؤ جو علی کیا ہے مولا فرمایا میں تن نہیں دسا سکدا اے دیکھ کے آدھے مولا کیوں مولا فرمایا تیرے چ اتنا ظرف ہی نہیں سبحان اللہ بسم اللہ کہا مولا فرمایا تیرے چ اتنا ظرف نہیں جو میں تن علی دساواں اے وے کیا دا چلو مولا جتنا میرے ظرف ہے اتنا میں علی دساو چا تے رسول خدا میرا علی دا تعارف کرا کے جڑی گل کیتی ہے بڑی قصیدہ سارے مل کے سونی صلوات پڑھو تھوڑی ہی کے گھٹا دے نوں آواز کھولو رسول خدا میرا علی دا تعارف کرا کے فرما رہے ہیں ہے آنکھوں سے ہے عین اللہ چہرے سے ہے وجہ اللہ آنکھوں سے ہے عین اللہ چہرے سے ہے وجہ اللہ آنکھوں سے ستر پڑھنا چاہتا ہے پورا پنڈال اٹھ کے دا دے گا تھوڑی نوکر دی ستر دا وزن دیا دے رسول خدا پھر آدھا تعرف کرا کے فرما رہے ہے این اللہ چہرے سے ہے اللہ کانوں سے ہے اذن اللہ ہاتھوں سے ہے یجد اللہ کانوں سے ہے اذن اللہ ہاتھوں سے اللہ یہ سمٹے تو کبریا لگتا ہے وہ بکھرے تو مرتے
ਮਜ਼ਾ ਲੱਗਦਾ ਸੁਭਾਨ ਅੱਲਾ ਸੁਭਾਨ ਅੱਲਾ ਕਿਆ ਬਾਤ ਹੈ ਕਿਆ ਬਾਤ ਹੈ ਭਾਈ ਇਹਦੇ ਨਾਲ ਸਾਰੇ ਕੁਰਾਨ ਪੜੋ ਹੈਦਰੀ ਹੱਥ 'ਚ ਹੈਦਰੀ ਮੈਨੂੰ ਕਰਾਂ ਮੁਸ਼ਕਿਲ ਕਰ ਆਖੋਂ ਸੇ ਹੈ ਐਨੁੱਲਾ ਚਿਹਰੇ ਸੇ ਹੈ ਵਜਹੁੱਲਾ ਆਖੋਂ ਕਾਨੋ ਸੇ ਹੈ ਉਜ਼ਨੁੱਲਾ ਹਾਥੋਂ ਸੇ ਹੈ ਯਜ਼ਦੁੱਲਾ ਯਸਿਮਟੇ ਤੋ ਕਿਬਰੀਆ ਲਗਦਾ ਹੈ ਵੋ ਬਿਖਰੇ ਤੋ ਮੁਰਤਜ਼ਾ ਲਗਦਾ ਕਿਆ ਬਾਤ ਹੈ ਯਾਰ ਯਾਰ ਬਿਸਮਿਲਾ ਕਰਾ ਬਾਬਾ ਜੀ ਸ਼ੇਰ ਪੜ੍ਹਨਾ ਚਾਹੁੰਦਾ ਸ਼ੇਰ ਉਸ ਬੰਦੇ ਵਾਸਤੇ ਜਿਹੜਾ ਬੰਦਾ ਅਜੇ ਤੱਕ ਮੌਲਵੀ ਤੋਂ ਮਹਫੂਜ਼ ਹੈ ਜਿਨ੍ਹਾਂ ਦੇ ਅਕੀਦੇ ਨੂੰ ਜੰਗ ਨਹੀਂ ਲੱਗਾ ਤਵਜੋ ਕਰਨੀ ਨੇ ਆਦਮ ਔਲਾ ਇਹ ਮੈਂ ਕਿ ਆਦਮ ਔਲਾ ਮੈਨ ਅਲੀ ਦੀ ਸ਼ਾਨ ਹੋਰ ਦੱਸੋ ਮੈਨ ਹੋਰ ਅਲੀ ਦੀ ਸ਼ਾਨ ਦੱਸੋ ਮੌਲਾ ਫਰਮਾਇਆ ਮੈਂ ਤੈਨੂੰ ਕਿਵੇਂ ਦੱਸਾਵਾਂ ਮੇਰੇ ਭਰਾ ਅਲੀ ਦੇ ਕੁਝ ਐਸੇ ਫਜ਼ੈਲ ਹਨ ਜਿਹੜੇ ਨਬੀਆਂ ਤੋਂ ਬਰਦਾਸ਼ਤ ਨਹੀਂ ਹੁੰਦੇ ਕੁਝ ਐਸੇ ਫਜ਼ੈਲ ਹਨ ਜਿਹੜੇ ਨਬੀਆਂ ਤੋਂ ਬਰਦਾਸ਼ਤ ਨਹੀਂ ਹੁੰਦੇ ਇਹ ਵੇ ਕਿਆ ਦਮਾਨਾ ਦਾ ਸਾਬਤ ਸਹੀ ਰਸੂਲ ਖੁਦਾ ਮੇਰਾ ਅਲੀ ਦਾ ਤਾਰਫ ਕਰਾ ਕੇ ਫਰਮਾ ਰਹੇ ਹਨ ਇੱਕ ਨਾਮ ਹੈ ਤੇ ਜੋ ਸਭ ਸੇ ਬਿਹਤਰ ਹੈ ਇੱਕ ਨਾਮ ਹੈ ਤੇ ਜੋ ਸਭ ਸੇ ਬਿਹਤਰ ਹੈ ਰੂਹ ਰੱਬ ਬਿਅਤ ਮੇ ਯੇ ਹਾਜ਼ਰ ਨਾਜ਼ਰ ਰੂਹ ਰੱਬ ਬਿਅਤ ਮੇ ਰੱਬ ਬਿਅਤ ਮੇ ਹੈ ਅਲਹਮਦ ਮਜ਼ਾਤ ਮਿਲਾਏ ਯੇ ਦਿਨ ਸੇ ਰਾਤ ਮਿਲਾਏ ਅਲਹਮਦ ਮਜ਼ਾਤ ਮਿਲਾਏ ਯੇ ਦਿਨ ਸੇ ਰਾਤ ਮਿਲਾਏ ਤੌਹੀਦ ਕੀ ਮਸਨਦ ਸੇ ਯੇ ਸਰਵਰ ਸੇ ਹੱਥ ਮਿਲਾਏ ਤੌਹੀਦ ਕੀ ਮਸਨਦ ਸੇ ਯੇ ਸਰਵਰ ਸੇ ਹੱਥ ਮਿਲਾਏ ਅਲੀ ਕਿਤਨਾ ਹੀ ਬੜਾ ਲੱਗਦਾ ਹੈ ਅਰਸ਼ ਜੁਤੀ ਮੈਂ ਬੜਾ ਲੱਗਦਾ ਕਿਆ ਬਾਤ ਹੈ ਜੀ ਸੁਭਾਨ ਮੈਂ ਰਾਜੀ ਮੌਲ ਤੁਹਾਡੇ ਤੇ ਰਾਜੀ ਹੋਵਾਂ ਕਿਆ ਬਾਤ ਮਾਲਕ ਰੰਗ ਲਾਵੇ ਇਹ ਬੰਦਾ ਮੌਲਾ ਦੇ ਪਾਸੇ ਵਿੱਚ ਕਿਹਾ ਤਾਂ ਮੌਲਾ ਹੁਣ ਮੈਂ ਪੁਰਬਾਸ਼ ਕਰੋ ਇਸ ਤੋਂ ਅੱਗੇ ਮੇਰੀ ਬਰਦਾਸ਼ਤ ਨਹੀਂ ਹੈ ਮੈਂ ਨਹੀਂ ਸੁਣ ਸਕਦਾ ਰਸੂਲ ਖੁਦਾ ਨੇ ਮਾਲਕ ਪਰ ਸਲਾਮਤ ਰੱਖੀ ਰਸੂਲ ਖੁਦਾ ਫਰਮਾਇਆ ਆ ਤੈਨੂੰ ਮੈਂ ਪਹਿਲੇ ਜ਼ਰਫ ਅਦਾ ਕਰਦਾ ਫਿਰ ਮੈਂ ਤੈਨੂੰ ਦੱਸਾਵਾਂ ਮੇਰਾ ਭਰਾ ਅਲੀ ਕਿਆ ਹੈ ਪਹਿਲੇ ਰਸੂਲ ਖੁਦਾ ਨੇ ਇਸ ਬੰਦੇ ਨੂੰ ਜ਼ਰਫ ਅਦਾ ਕੀਤਾ ਫਿਰ ਰਸੂਲ ਖੁਦਾ ਫਿਰ ਅਲੀ ਦਾ ਤਾਰਫ ਕਰਾ ਕੇ ਫਰਮਾ ਰਹੇ ਹਨ ਮਾਸ਼ਰ ਕੀ ਰਾਹੋਂ ਮੇਂ ਅਪਨਾ ਕੀ ਜ਼ਿੰਦਗੀ ਹੈ ਯੇ ਕਿਆ ਬਾਤ ਹੈ ਭਾਈ ਇਹ ਨਹੀਂ ਭਾਈ ਇਹ ਨਹੀਂ ਪਿੱਛੇ ਨਹੀਂ ਰਹਿਣਾ ਧੱਕੇ ਦੀ ਦਾਤ ਕੋਈ ਦਾਤ ਨਹੀਂ ਰਿਆਦੀ ਨੰਬਰ ਵਾਲਾ ਮੈਂ ਜ਼ਾਕਰ ਨਹੀਂ ਆ ਅਗਰ ਨੌਕਰ ਦਾ ਹੱਕ ਬਣੇ ਫਿਰ ਨੌਕਰ ਦੇ ਹੱਕੇ ਦੁਆ ਕਰਨਾ ਰਸੂਲ ਖੁਦਾ ਫਿਰਾ ਅਲੀ ਦਾ ਤਾਰਫ ਕਰਾ ਕੇ ਫਰਮਾ ਰਹੇ ਮਾਸ਼ਰ ਕੀ ਰਾਹੋਂ ਮੇਂ ਅਪਨਾ ਮਾਸ਼ਰ ਕੀ ਰਾਹੋਂ ਮੇਂ ਅਮਲੋ ਕੀ ਜ਼ਿੰਦਗੀ ਹੈ ਯੇ ਇਬਾਦਤ ਕੀ ਆਰਜ਼ੂ ਮੇਂ ਸਰਵਰ ਕੀ ਰੋਸ਼ਨੀ ਹੈ ਯੇ ਇਬਾਦਤ ਕੀ ਆਰਜ਼ੂ ਮੇਂ ਯੇ ਸਰਵਰ ਕੀ ਰੋਸ਼ਨੀ ਹੈ ਯੇ ਤੌਹੀਦ ਕਾ ਜੀਵਨ ਪਾਏ ਬੁੱਤਖਾਨਾ ਕਿਬਲਾ ਬਣਾਏ ਤੌਹੀਦ ਕਾ ਜੀਵਨ ਪਾਏ ਬੁੱਤਖਾਨਾ ਕਿਬਲਾ ਬਣਾਏ ਵੋ ਕੈਸੇ ਅਕਲ ਮੇ ਆਏ ਆਪਣੀ ਮਈਅਤ ਜੋ ਉਠਾਏ ਵੋ ਕੈਸੇ ਅਕਲ ਮੇ ਆਏ ਆਪਣੀ ਮਈਅਤ ਜੋ ਉਠਾਏ ਰਕੂ ਕਰਕੇ ਜੋ ਇਲਾ ਲਗਦਾ ਹੈ ਯੇ ਸਜਦੇ ਮੇ ਲਗਦਾ ਆਹਾ ਆਹਾ ਸੁਭਾਨ ਅੱਲਾ
ये भाई आ रहे सही इतने ही बाजू बुलंद करके बोलो हैदरी क्या बात है अच्छा 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 नौकरा नौकरा बिस्मिल्लाह करा रसूल खुदा मेरा अली दा तारीफ करा के फरमा रहे हैं माशर की राहो में अमला के जिंदगी है ये माशर की राहो में अमला के जिंदगी है ये वादत की आरज़ू में सरवर की रोशनी है ये वादत की आरज़ू ये तौहीद का जीवन पाए बुतखाना किबला बनाए तौहीद का जीवन पाए बुतखाना किबला बनाए वो कैसे अकल में आए अपनी मैयत जो उठाए वो कैसे अकल में आए अपनी मैयत जो उठाए रखो करके जो इला लगता है ये सजदे में भी खुदा लगता है थोड़ी मर्जी हो गई एक डेढ़ शेर हो भी पढ़ दी इसे बगदाद का शौक है जनाबे बहलोल का शौक है मिट्टी दी ढेरियां बनाई बैठे एक बहुत बड़ा बोर्ड बनवाया बहलोल प्रॉपर्टी डीलर लिखवाया और कोई आया ना आया जुबैदा तो आई है ना यार बहुत बड़ा बोर्ड बनवाई बैठे मिट्टी दी ढेरियां बनाई बैठे जनाबे बहलोल जड़ी गल की बड़ी कसीदा जनाबे बहलोल फरमा रहे है कीता शुरू में व्यापार फिर दोस दा कारोबार 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 तो खाते ए चाल नहीं दुनिया दा जन्नत दे घर हाँ विचे दा मुल इंदा है सैदा दा प्यार हो जन्नत दे घर हाँ विचे दा मुल इंदा है सैदा दा प्यार हो जन्नत दे घर हाँ विचे दा मुल इंदा है सैदा दा प्यार क्या बात है भाई सुभान अल्लाह पता जनाबे बहलोल एक गल की थी जुबैद आई है जनाबे बहलोल के पास रख क्या दी पई है जन्नत विच ऐंदा दस भाई क्या पक्के हो जन्नत विच ऐंदा दस भाई क्या पक्के हो हंस के जवाब है आधा क्या तो खुशक हो हंस के जवाब है शके नहीं नहीं शक नहीं पर गल दसा नहीं नहीं शक नहीं पर गल दसा जन्नत त सैयद करसन अता जन्नत त सैयद करसन अता हस के बालो लाके भुखिया तक शैतान ए मालिका दे पर अजकल हम ठेकेदार मालिक नंगला वे शेर पढ़ना चाहना जनाबे जुबैदा जनाबे बहलोल दे कोल आए वे क्या भी भाई बहलोल
جنت جو بچھیندا بیٹھا ہے اے دسا تیرے کول کیڑا کیڑا گھر ہے بڑے سو تا بڑسا نہیں تے چھوڑ دے سا جنت جو بچھیندا بیٹھا ہے اے دسا تیرے کول کیڑا کیڑا گھر ہے جناب بہلو زبیدہ دے پاسے ویکھ کے آدم پنج بہاراں دا بہارا چودہ دا چودہ اٹھارہ دا اٹھارہ بہتر دا کیا بات ہے سبحان اللہ پنج بہاراں دا بارہ چودہ دا چودہ اٹھارہ دا اٹھارہ بہتر دا جناب بہلول جناب زبیدہ نوں نال لے کے ڈرتے ہوئے جنت دی سیر کرا رہے تے ویکھ کے فرما رہے ہیں کر کر پسند لے تیرا کیسا نصیب ہو کر کر پسند لے تیرا کیسا نصیب اے گھر ہے جیڑا سیداں دے کریم سبحان اللہ سبحان اللہ سبحان اللہ بس ڈھیر پڑ گیا جڑا بندہ رون تے نہیں اتھے آئے جڑا بندہ لاہور علی سین نو مکان دے من دی نہیں اتھے آئے میرا دل اے میں اس سین دی جوڑی دے دو دکھ پڑھا جڑی وطن تو ٹری آئی تے چھ پتر نال ہن دو بابے دے نال کوفے کھلے دو کربلا چ پھرا تو قربان کیتے دو یاری دی غیر نکھڑے بس جنہاں نوں گلیندی گلیندی میری سین رول کے مر گئی پتر نے سلپ جنہ دو شہزادیاں دیا میں منت پڑھنا چاہنا وہ جنہاں نوں بھائی جان بابے دے نال کوفے کھلیا ہس بابا ماریا گیا جس مومنہ مائی دے گھر مہمان رہے ہوئے ہم نا اے مومنہ وی کیا دیے شہزادے ہو اتوں ایک قافلہ پیا ویندا مدینے آکھو تا میں نار رلا چھوڑا ملتان والے بڑا شہزادہ چپ کر کے کھڑا رہی ہے چھوٹا شہزادہ نکے نکے ہاتھ بن کے آتا ہے رلا چھوڑ تھوڑی گداں تا ماں نوں مل پوسا ہے جڑے چھوٹی اولاد والے بیٹھے ہو بسم اللہ کرا آدھا رلا چھوڑ تھوڑے کدے ہی تمام مل بس ہے اس علاقے والے پھر اس مومنہ نے انتظار نہیں کیتا بابا جی اتھے لے جائی جی تھو قافلہ نکلنا ہا قسمت شہزادے دی اپنی جے ویلے پہنچے قافلہ نکل چکا ہے جوانی مانے قافلے دی دھوڑ نظر پی آندی ہے مومنہ مائی اشارہ کر کے آدھی او قافلہ پیا ویندا ہے بھج پو اس علاقے والے سر تے پیار دا ہاتھ رکھ کے آدھی او قافلہ ویندا پی ہے بھج پو ممبر تے میرا ہاتھ ہے شہزادے بھجدے آندے ہن بھجدے آندے ہن چھوٹا شہزادہ مٹی تے جھن پی ہے وڈے نو حقل مار کے آدھا ویر ہولے ٹور میریاں تلیاں پھٹ گئی ہیں مرحبا مرحبا بسم اللہ کرا حقل مار کے آدھا ہولے ٹور میریاں تلیاں پھٹ گئی ہیں بڑا شہزادہ واپس آیا ہے آ کے بھرا دا سر جھولی چ پایا جاتا جان دوواں بھراواں نوں نیندر آ گئی ہے ای دوے ظالم مسلم دے یتیماں نوں لبدے ودے ہن لبدے ودے ہن اے کرامی عقل مار کے آدا جلدی آو میں مسلم دے یتیم لب گئے ساری فوج اکٹھی ہوئی ہے ایک وی کے آدا آکھو تا ایو جے جھنک دیواں جو ہن اما کر کے اٹھی پویں ایک وی کے آدا آکھو تا ایو جے جھنک دیواں جو ماں دا ناں ہی بھل جاویں ایک انہاں دے سامنے ہاتھ بن کے ہاتھ ہے یار تواڈی وی اولاد ہو سی جھنکا نہ دیو ہن آپے جاگ پوسے یہ گلاں پیاں ہوندیاں ہن یا وڈے شہزادے دی اکھ کھلی ہے اے ظالم اے کیا دا شہزادہ اپنے چھوٹے بھرا نو جگا مرحبا مرحبا بسم اللہ کرا آدا اپنے چھوٹے بھرا نو جگا اس علاقے والے بیان کرنا چاہنا اے نہ میں جاندا نہ تساں جاندے ہو اے پردے چ آیاں اویاں میری اماں بہناں جاندیاں جدا ترے یا چار سال دا بچہ ستو جا ہوئے نا بابا جی اکھاں بند رہندیاں جے ویلے اٹھدا ہے ہاتھ ودھا کے آدا ہے اما پانی اس علاقے والے کوفے دے وچ وی ایو منظر ہا چھوٹے شہزادے دیاں اکھاں بند ہاتھ ودھا کے آدا ہے اما پانی اچ وڈا بھرا چھوٹے دے پاس رکھ آدا پی ہے پانی جو منگدا ہے ماتا مدینے ہائے ہائے پانی جو منگدا ہے ماتا مدینے بابے دے کاتے آگنی کمینے ہائے ہائے بابے دے کاتے آگنی کمینے ظالم بھجایا گھوڑے ظالم بھجایا
आया घोड़े आ रुखसार भी थैला लोला रुखसार भी हल्का दानी भंडे रहे ईद दे खुश गए ना मिल सके माँ को जी दे राडे दे रहे पर दादा अल्लमान अल्लमान मरहबा मरहबा नौकरा के हो पगया मुस्लिम दे यतीमन घोड़े ते बहा लवे ना इथू एक मील या तमील हा दरबार के हो पगया मुस्लिम दे यतीमन घोड़े ते बहा लवे ना इस इलाके ले ए जालिमा ते सजा दे अग भजो बाबा दी सजा दे भजदे आंदे आ ए जालिम घोड़े ते सवार अच्छे डवडे दे पास वे क्या दे वीर मैं थक पिया अल्लमान अल्लमान तैयारी कर मंजिल वधा वैन करना चाहना आधा वीर मैं थक पिया वड्डा इना दे पासे वे क्या दे मेरे भिरा नु घोड़े ते बहा लो मैं नाल भजदा आसा बाबा जी एक जालिम घोड़े तो लथा है यो दी प्यार करना शुरू कीता है सदा दे उच्चर ने हाथ बन के आ दे पहन आसा यतीम है तो थाडे सवाल में है आसा यतीम है अल्लमान 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 मैं नौकर हूं मेरी नौकरी है बिस्मिल्लाह करा शला दे रुने हाथ बन के आ दे पहन आसा यतीम है तो सादे सवाल हाय हाय आसा यतीम है तो सादे सवाल तेरे हाथा विच है यतीमा दे वालन है मरहबा बड़े हौसले नाल गल करना चाहना बस शरीफो मैं नौकर बाबा तकदीर लाया हारिस के घर हारिस की बीवी मोमना है शहजादे नु खाने दिते बिस्तर बना दिते शहजादे सम गए इस बार उताला ला छोड़िया अध रात दा वेला हारिस घर च आया है जुर्म की इनाम दलाल अचे गां जो छोटे शहजादे ख्वाब बाबा मिले बाबा जी शहजादा रुने सैयद वे क्या दे लाल जे थक पे हो तो बाबा घिनन आ जाए इन्हें छोटर रो क्या दे बाबा तेरे टुरन दी दे रही मुसलमान सानू बड़ा मारिया है आदे बाबा यतीम रुल गए नी मरहबा 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 शहजादे दी आवाज इस जालम दे कन्ना ते पई है बीवी दे पास वे क्या आदा है साडे घर रोवण दी आवाज कहंदी है ए वे क्या आदी है किसे हमसाए दे बच्चे होसन ए वे क्या आदा है आवाज ते साडे घरों पई आंदी है ए वे क्या आदी है नहीं ए जालिम आदा मन उतले मकान दी चाबी दे इस चाबी नहीं दीती बाबा जी ये गुस्से दे नाल उठे मिंबर हुसैन ते मेरा हाथ है ते जालिम दे बच्चे पत्थर चाले आके ताले ते मारना शुरू कीते मैं इन्या धरा ना ए पत्थर ताले ते नहीं पिया लगदा वड्डे भिरा दे जिगर ते पिया लगदा छोटे नु हाथ ना ला के दे घबरा नहीं मैं जो तेरे नाल मरहबा मरहबा मंजिल वधा यार वेन करना चाहना घबरा नहीं मैं जो तेरे नाल ताला त्रुटा जालिम अंदर दाखिल होया बाबा जी अंधेरे दे विच हाथ बदा मारदा हा या इस दे हाथ शहजादियां दे सरां ते आए एक जुमला आखना चाहना देखी मेरे आले पास इशारा करना चाहना इस जालिम दे बच्चे दे हाथ शहजादियां दे सरां ते आए इस तरीके दे नाल शहजादियां नु चावणा शुरू कीता है इस जालिम चाहता आया शहजादियां दे पैर नाल जमीने आए इस इलाके वाले इस पौड़ियां तो लहण का इरादा किया है या इस दे लहण तो पहले शहजादे मिट्टी ते है छोटा हक्कल मार के आ वीर मैनू कपड़ा दे मेरी परेशानी फट गई है मरहबा 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 आधा मैं कपड़ा दे मेरी परेशानी फट गई है इस इलाके वाले सारी रात जुलम करता रहा दिन चले आए शहजादे नु लेके बाहर निकलता पिया हां इसकी बीवी सामने आई है वे क्या दिए किन घर में ने ए जालिम वे क्या दे मैं वंज के कत्ल करदा
ਆਦੀ ਇਹਨਾਂ ਤੁਹਾਡਾ ਕਿਹੜਾ ਜੁਰਮ ਕੀਤਾ ਇਹ ਵੇਖਿਆ ਤਾਂ ਮੈਨੂੰ ਇਨਾਮ ਦਾ ਲਾਲਚ ਹੈ ਇਸ ਦੀ ਬੀਵੀ ਆਦੀ ਹੈ ਪਹਿਲੇ ਇਨਾਮ ਕਤਲ ਨਾ ਕਰ ਪਹਿਲੇ ਮੈਨੂੰ ਮਾਰ ਜ਼ਾਲਿਮ ਵੇਖਿਆ ਤਾਂ ਤੂੰ ਕਿਉਂ ਮਰਿਵਣਾ ਚਾਹਨੀ ਹੈ ਇਹ ਵੇਖਿਆ ਦੀ ਤੂੰ ਜੋ ਇਹਨਾਂ ਨੂੰ ਮਰਿਆ ਸੇ ਜ਼ਹਰਾ ਆਖਸੀ ਤੂੰ ਡੇਦੀ ਰਹੀ ਹੋ ਮੇਰੇ ਪੁੱਤਰ ਕੋ ਹੀਂਦੇ ਰਹਿ ਇਹ ਜ਼ਾਲਿਮ ਦੇ ਬੱਚੇ ਤਲਵਾਰ ਚਾਹੀਏ ਬੀਵੀ ਦਾ ਸਰ ਤਾਂ ਨਾਲੋਂ ਜੁਦਾ ਕੀਤਾ ਸ਼ਹਜ਼ਾਦੇ ਨੂੰ ਦਰਿਆ ਦੀ ਮਾਨ ਤੇ ਲਾਇਆ ਹੈ ਵੇਖਿਆ ਤਾਂ ਚੋਲੇ ਲਾਹੋ ਸ਼ਹਜ਼ਾਦੇ ਵੇਖਿਆ ਦਿਨ ਜ਼ਾਲਿਮ ਸਾਨੂੰ ਕਿਉਂ ਮਰੇ ਨੇ ਇਹ ਵੇਖਿਆ ਤਾਂ ਇਨਾਮ ਦਾ ਲਾਲਚ ਹੈ ਸੈਦ ਵੇਖਿਆ ਦਿਨ ਜੇ ਇਨਾਮ ਦਾ ਲਾਲਚ ਹੈ ਨਾ ਸਾਨੂੰ ਬਾਜ਼ਾਰ ਚ ਗੀਦੀ ਬਣ ਅਸਾਂ ਯੂਸਫ ਤੋਂ ਘੱਟ ਨਾ ਵਿਕਸੋ ਇਹ ਜ਼ਾਲਿਮ ਵੇਖਿਆ ਤਾਂ ਮੈਂ ਇਹ ਨਾ ਮੰਨਦਾ ਸ਼ਹਜ਼ਾਦੇ ਵੇਖਿਆ ਦਿਨ ਜੇ ਇਹ ਨਾ ਮੰਨਦਾ ਮੰਜ਼ਰ ਸੌਕ ਤੇ ਸਾਡੇ ਮਾਮੇ ਦੇ ਦੇਰੇ ਲੱਗੇ ਹੋਏ ਸਾਨੂੰ ਸਾਡੇ ਮਾਮੇ ਦੇ ਕੋਲ ਲੈ ਜਾ ਸਾਰੇ ਪਰਦੇਦਾਰ ਤੈਨੂੰ ਜ਼ੇਵਰ ਲਹਾ ਦੇ ਸਨ ਤੂੰ ਜੋ ਮੰਗਸੇ ਸਾਡਾ ਮਾਮਾ ਅਦਾ ਕਰੇ ਸੀ ਇਹ ਵੇਖਿਆ ਤਾਂ ਇਹ ਵੀ ਨਹੀਂ ਹੋ ਸਕਦਾ ਸ਼ਹਜ਼ਾਦੇ ਵੇਖਿਆ ਦਿਨ ਜੇ ਇਹ ਵੀ ਨਾ ਕਰੇਂਦਾ ਥੋੜ੍ਹੀ ਜਿਹੀ ਆਵਾਜ਼ ਖੋਲੀ ਮੈਂ ਕਰਨਾ ਚਾਹਨਾ ਸ਼ਹਜ਼ਾਦੇ ਵੇਖਿਆ ਦਿਨ ਜੇ ਇਹ ਵੀ ਨਾ ਕਰੇਂਦਾ ਨਾ ਬਤ ਮਿੰਨਤ ਲਾ ਸਾਨੂੰ ਦੋ ਰਕਾਤ ਨਮਾਜ਼ ਪੜ੍ਹਨ ਦੇ ਇਸ ਇਲਾਕਿਆਂ ਲੈ ਇਹ ਜ਼ਾਲਿਮ ਵੇਖਿਆ ਦਾ ਪੜ੍ਹ ਲਓ ਨਮਾਜ਼ ਜੇ ਕੋਈ ਫਾਇਦਾ ਦੇ ਦੀ ਨੇ ਤਾਂ ਮਿੰਬਰ ਤੇ ਮੇਰਾ ਹੱਥ ਹੈ ਵਾਹਦੇ ਦਰਿਆ ਦੀ ਮਣ ਤੇ ਰੁਕਈਆ ਦੀ ਜੋੜੀ ਤਯੰਮਮ ਕੀਤਾ ਮਰਹਬਾ 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 ਪੜ੍ਹੀ ਗਈ ਨਮਾਜ਼ ਇਹ ਵੇਖਿਆ ਦਾ ਗਰਦਨ ਝੁਕਾਓ ਜੇ ਵੇਲੇ ਇਸ ਆਖਿਆ ਨਾ ਚੋਲੇ ਲਹਾਓ ਬਾਬਾ ਜੀ ਮਿੰਬਰ ਤੇ ਹੱਥ ਹੈ ਵੱਡੇ ਸ਼ਹਜ਼ਾਦੇ ਚੋਲਾ ਲਹਾ ਲਈ ਹੈ ਛੋਟਾ ਕਹਿ ਵੇਲੇ ਜ਼ਾਲਮ ਦੁਨੇ ਦੇ ਵੱਧ ਫਿਰਾ ਦੁਨੇ ਦੇ ਵੱਧ ਜ਼ਾਲਮ ਦੁਨੇ ਦੇ ਵੱਧ ਫਿਰਾ ਦੁਨੇ ਦੇ ਵੱਡਾ ਸ਼ਹਜ਼ਾਦਾ ਰੁਨੇ ਛੋਟੇ ਫਿਰਾ ਦੇ ਪਾਸੇ ਡਿੱਠਸ ਸੈਯਦਾ ਦਾ ਪੀਏ ਪੜ ਇਨਾ ਲਿਲਾ ਹਯੋ ਲਾਚਾ ਚੋਲਾ ਰਾਵੇ ਕਿ ਨਹੀਂ ਸਜਣਾ ਦਾ ਅਸਮਾ ਆਪਣੇ ਕੋ ਨਹੀਂ ਮਿਲ ਸਕਦੇ ਨਹੀਂ ਮਹਾਮਾ ਮਦਦ ਕੋ ਮਾਤਾ ਥੋੜੀ ਇਕੋ ਦੀ ਰਹਿ ਮਰਹਬਾ 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 ਮੈਂ ਨੌਕਰ ਹਾਂ ਅਸਮਾ ਆਪਣੇ ਕੋ ਨਹੀਂ ਮਿਲ ਸਕਦੇ ਨਹੀਂ ਮਹਾਮਾ ਮਦਦ ਕੋ ਮਰਹਬਾ ਮਰਹਬਾ ਦੱਸਦਾ ਸਹੀ ਮੇਰਾ ਚੰਨ ਵੀ ਰੋਣ ਚੋਲਾ ਕੀਵੇ ਮਰਹਬਾ 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 ਮੈਂ ਨੌਕਰ ਹਾਂ ਮੈਂ ਨੌਕਰ ਹਾਂ ਅਲੀ ਦੀਆਂ ਜਾਗਰਾਂ ਦੀ ਹੋਵੇ ਮੁਲਤਾਨ ਵਾਲੇ ਜਿਹੜਾ ਬੰਦਾ ਅਜੇ ਤੱਕ ਨਹੀਂ ਰੋ ਸਕਿਆ ਇਸ ਇਲਾਕੇ ਵਾਲੇ ਇਸ ਜ਼ਾਲਮ ਦੇ ਬੱਚੇ ਪਿਆਰ ਵਧਾਇਆ ਛੋਟਾ ਛੜਾ ਦਾ ਉੱਚਾ ਰੁਣੇ ਤੇ ਰੋ ਕੇ ਆਦਾ ਪੀਆ ਨਿਤ ਮਾਣ ਕਰ
Jordy.